ਸਤਿਕਾਰ ਜੀ ਮੈਂ ਤੁਹਾਡਾ ਆਪਣਾ ਨਵਾਂ ਬਾਗੜੀਆਂ ਸੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਸਭ ਤੋਂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਜਿੰਨਾ ਵੀ ਪਿਆਰ ਦਿੰਦੇ ਹੋਗੇ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਆਪਣੀ ਵੀਡੀਓ ਹੋਰ ਵੀ ਅੱਗੇ ਜਾ ਸਕੇ ਤੇ ਸਬਸਕ੍ਰਾਈਬਰ ਵੀ ਆਪਾਂ ਨੂੰ ਆਉਂਦੇ ਰਹਿਣ ਤੇ ਜਿਹਦੇ ਨਾਲ ਆਪਾਂ ਚੈਨਲ ਨੂੰ ਪ੍ਰਮੋਟ ਕਰੀਏ ਤੇ ਅੱਜ ਦਾ ਵਲੌਗ ਮੈਂ ਮੋਹਾਲੀ ਤੋਂ ਸਟਾਰਟ ਕਰਦਾ ਵੈਸੇ ਮੈਂ ਮੋਹਾਲੀ ਕੱਲ੍ਹ ਆਇਆ ਸੀ ਡਰਿੰਗ ਵਾਸਤੇ ਅਤੇ ਉਹਦੇ ਕਰਕੇ ਮੈਨੂੰ ਕੱਲ੍ਹ ਟਾਈਮ ਨਹੀਂ ਮਿਲਿਆ ਹੈਗਾ ਲੇਟ ਫੇਟ ਹੋ ਗਿਆ ਮੈਨੂੰ ਟਾਈਮ ਮਿਲਿਆ ਨਹੀਂ ਵੀਡੀਓ ਬਣਾਉਣ ਦਾ ਅਤੇ ਅੱਜ ਮੈਂ ਫ੍ਰੀ ਸੀਗਾ ਮੈਂ ਚਲੋ ਵਲੌਗ ਬਣਾ ਲੈਂਦੇ ਵਿਹਲੇ ਸੀਗੇ ਅਤੇ ਹੁਣ ਆਪਾਂ ਅੱਜ ਦਾ ਵਲੌਗ ਆਪਾਂ ਇੱਥੇ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਚਾਹ ਬਣਾਉਣੇ ਹੈਗੇ ਅਤੇ ਤੁਹਾਨੂੰ ਇੱਕ ਦੋ ਹੱਥੀ ਮਿਲਾਵਾਂਗੇ ਆਪਾਂ ਮੋਹਾਲੀ 'ਚ ਤੁਸੀਂ ਜਾਣਦੇ ਹੋਵੋਗੇ ਨਾ ਦੁੱਧ 'ਚ ਪੱਤੀ ਪਾਉਣੀ ਅੱਜ ਕੋਈ ਬੈਠੀ ਆ ਕਹਿੰਦਾ ਉਹ ਕਹਿੰਦਾ ਆਪਾਂ ਚਾਹ ਪੀਣੀ ਥੋੜ੍ਹੀ ਫਿੱਕੀ ਮੈਂ ਚੱਲ ਇੱਕ ਦੁੱਧ ਦੇ ਪੈਕਟ 'ਚ ਪੱਤੀ ਪਾ ਲੈਂਦੇ ਹਾਂ ਹੈ ਨਾ ਘੱਟ ਮਿੱਠਾ ਪਾ ਲਾਂਗੇ ਆਪਾਂ ਚਾਹ ਵੀ ਉਬਾਲੀ ਜੀ ਕਦੋਂ ਉਬਾਲੀ ਆਊਗੀ ਫਿਰ ਆਪਾਂ ਗਲਾਸ ਵਿੱਚ ਪਾ ਕੇ ਚਾਹ ਪੀਣੀ ਹੈਗੀ ਕੱਪਾਂ ਵਾਲੇ ਕੱਪ ਕਹਿੰਦੇ ਟੁੱਟ ਗਏ ਸਾਰੀ ਆਪਾਂ ਗਲਾਸਾਂ ਜੀ ਪਾ ਕੇ ਚਾਹ ਪੀਂਦੇ ਹਾਂ ਅਰਵਿੰਦਰ ਮੰਡਵੀਰਾ ਤੁਸੀਂ ਫਿਲਮਾਂ ਦੇਖੀਆਂ ਹੋਣਾ ਬਾਈ ਦਾ ਬਹੁਤ ਵੱਡਾ ਨਾਮ ਹੈ ਕਿੱਡੀ ਵੱਡੀ ਗੱਲ ਹੈ ਯਾਰ ਮੋਦੀ ਤਾਂ ਚਾਹ ਬਣਾਉਂਦਾ ਸੁਣਿਆ ਸੀ ਹੁਣ ਤਾਂ ਪੰਜਾਬ ਦੇ ਨਵਾਬ ਵੀ ਚਾਹ ਬਣਾਉਣ ਲੱਗੇ ਸੱਚੀ ਗੱਲ ਯਾਰ ਬਾਬਾ ਨੇ ਚਾਹ ਬਣਾਈ ਹੈ ਛੋਟੇ ਮੋਟੇ ਬੰਦੇ ਦੇ ਹੱਥ ਦੀ ਆਪਾਂ ਮਹੀਨੇ ਵੀ ਹੈ ਨਹੀਂ ਬਾਬਾ ਜੀ ਦੇਖੋ ਮੈਂ ਬਣੀ ਬਹੁਤ ਲੇਟ ਵੀਰੇ ਬਾਬੇ ਟਾਈਮ ਬਹੁਤ ਲੱਗ ਗਿਆ ਅਸਲ ਦੇ ਵਿੱਚ ਨਾ ਤੁਸੀਂ ਹੱਸੋਗੇ ਦੇਖ ਕੇ ਦੇਖੋ ਗਲਾਸ ਵੱਡੇ ਨੇ ਚਾਹ ਵਿੱਚ ਇੰਨੀ ਨਿੱਕੀ ਇੰਨੀ ਨਿੱਕਾ ਉਹ ਪਤਾ ਕੀ ਚੱਕਰ ਪੈ ਗਿਆ ਮੈਂ ਯਾਰ ਉਹਦੇ 'ਚ ਪੱਤੀ ਪਾਉਣ ਲੱਗਿਆ ਮੈਂ ਚੱਲ ਵੀਰ ਆਇਆ ਹੋਇਆ ਹੈਗਾ ਉਹ ਪੈ ਥੋੜ੍ਹਾ ਰਹਿ ਗਿਆ ਕੰਮ ਥੋੜ੍ਹੇ ਜਿਹੇ ਨੰਬਰ ਦੁੱਧ ਦੇ ਜਵਾਬ ਦੇ ਗਿਆ ਆਪਣੇ ਵੱਲੋਂ ਤਾਂ ਕੋਈ ਦੁੱਧ ਜਵਾਬ ਦੇ ਗਿਆ ਚਲ ਚੱਕੋ ਵੀਰੇ ਚਾਹ ਪੀਓ ਬੈਠੋ ਚੱਕਦੇ ਰਹੇ ਪੱਟੇ ਇਹ ਇਕੱਲੀ ਚਾਹ ਹੈ ਅੱਗੇ ਵਾਲੇ ਬਿਸਕੁਟ ਕਿੱਥੇ ਹੈ ਅੱਤੇ ਬਿਸਕੁਟ ਦੱਸੋ ਜੀ ਉਸਤਾਦ ਜੀ ਹਲੋ ਮਾਲਕੋ ਘਰੇ ਮਹਿਮਾਨ ਆਏ ਆ ਸਾਡੋ ਨਾ ਰੱਖੀ ਬੰਦੇ ਤਾਂ ਲੈ ਆ ਜਾ ਵਾਲੇ ਤੁਹਾਡੇ ਕੋਲ ਬਿਸਕੁਟ ਹੈ ਨਹੀਂ ਓ ਹੋ ਬਾਬੇ ਕੀ ਬਾਤ ਕਿੰਨਾ ਮਹਿੰਗਾ ਪੈਕਟ ਲੈ ਕੇ ਵੀਰੇ ਹੈ ਪਹਿਲੇ ਬਿਸਕੁਟ ਹੈ ਜਿਨ੍ਹਾਂ ਦੇ ਨਾਲ ਜੀ ਲੱਗਦਾ ਬਾਹਰਲੇ ਜੀ ਦੇ ਤਾਂ ਨਹੀਂ ਬਾਬਾ ਜੀ ਇਹ ਬਾਬੇ ਇਹਨੇ ਬਿਸਕੁਟ ਖਾਊਗਾ ਕੌਣ ਇਹ ਓ ਹੋ ਕੀ ਬਾਤ ਇੱਕ ਇੱਕ ਆ ਜਾਣਾ ਸਾਰਿਆਂ ਨੂੰ ਲਾਸ ਵੱਡੇ ਦਿਖਾਏ ਚਾਹ ਇੰਨੀ ਇੰਨੀ ਕ ਬਿਸਕੁਟ ਆਏ ਪੈਕਟ ਵੱਡਾ ਲੈ ਕੇ ਆਏ ਬਿਸਕੁਟ 16 ਬਾਬੇ ਬੰਦੇ ਸ਼ਰਮ ਲਾਤੀ ਜੀ ਜਿਉਂਦੇ ਵਸਦੇ ਰਹੋ ਥੈਂਕ ਯੂ ਯਾਰ ਨਵਾਬ ਜੇ ਪ੍ਰਾਉਣਾ ਹੁੰਦਾ ਜੇ ਪ੍ਰਾਉਣਾ ਹੁੰਦਾ ਗੁਰਜਾਨ ਓਹੋ ਉਹ ਟੀਸੀ ਲਾਵਾ ਕਿਵੇਂ ਗੁਰਜਾਨ ਬਾਈ ਦਾ ਪੋਸਟਰ ਲੱਗਿਆ 11 ਕਿਲੋਮੀਟਰ ਜੀ ਗੁਰਜਾਨ ਸਿੰਘ ਦਾ ਪੋਸਟਰ ਲੱਗਿਆ ਯਾਰੇ ਬੇਨਾ ਟਾਈਮ ਚੱਲਣਾ ਨਹੀਂ ਯਾਰਾ ਬੇ ਡੈਡ ਫਿਰ ਮੰਨਣਾ ਨਹੀਂ ਲਾਰਾ ਬੇਨਾ ਟਾਈਮ ਚੱਲਣਾ ਨਹੀਂ ਯਾਰਾ ਬੇ ਡੈਡ ਫਿਰ ਮੰਨਣਾ ਨਹੀਂ ਕਰਦਾ ਕੀ ਦੱਸ ਫਿਰੇ ਨਿੱਤੀ ਬਹਾਨਿਆਂ ਨੂੰ ਕਰਦਾ ਪਲੱਸ ਫਿਰੇ ਮੰਮੀ ਦੀਆਂ ਝਿੜਕਾਂ ਸਹਾਰਦੀ ਬੇਲਾਰਿਆਂ 'ਚ ਲੰਘ ਜੂ ਜਵਾਨੀ ਮੁੱਟੇ ਹੋ ਗਏ ਮਾਲੀਆ ਨੂੰ ਸੋ ਹੁਣ ਪਿੰਡ ਚੱਲਦੇ ਹਾਂ ਉੱਥੇ ਵੀ ਕੰਮ ਕਾਰ ਕਰਦੇ ਹਾਂ ਪੈਸੇ ਪੂਸੇ ਕਮਾਉਣੇ ਆ ਫਿਰ ਗਾਣੇ ਦੇ ਹਿਸਾਬ ਕਿਤਾਬ ਕਰਨਾ ਹੁੰਦਾ ਅਤੇ ਜਲਦੀ ਸੁਣਾਉਣੇ ਆਪਾਂ ਤੁਹਾਨੂੰ ਨਵੇਂ ਗਾਣੇ ਅਤੇ ਮਿਲਦੇ ਹਾਂ ਫਿਰ ਨਵੇਂ ਵਲੌਗ ਦਾ